ਦੇਖੋ, ਅਗਰ ਚੁਣਾਵ ਚਾਹਾਂਗੇ ਤਾਂ ਜਿੱਤਣ ਦਾ ਮਕਸਦ ਲੈ ਕੇ ਹੀ ਆਵਾਂਗੇ। ਮੈਂ ਇੱਕ ਫੌਜੀ ਹਾਂ ਰਿਟਾਇਰਡ, ਕਦੇ ਵੀ ਜਦੋਂ ਵੀ ਲੜਾਈ 'ਚ ਗਿਆ ਤਾਂ ਜਿੱਤ ਕੇ ਆਇਆ, ਉਹ ਜਿੱਤ ਲਈ ਹੀ ਜਾਂਦਾ ਹਾਂ। ਆਮ ਆਦਮੀ ਪਾਰਟੀ ਨੇ ਗੁਰਦਾਸਪੁਰ ਜ਼ਿਮਨੀ ਚੋਣ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਪਾਰਟੀ ਨੇ ਮੇਜਰ ਜਨਰਲ ਸੁਰੇਸ਼ ਖਜੂਰੀਆ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬ ਟੂਡੇ ਚੈਨਲ ਵੱਲੋਂ 2 ਦਿਨ ਪਹਿਲਾਂ ਹੀ ਖੁਲਾਸਾ ਕਰ ਦਿੱਤਾ ਗਿਆ ਸੀ ਕਿ ਆਮ ਆਦਮੀ ਪਾਰਟੀ ਵੱਲੋਂ ਜਨਰਲ ਖਜੂਰੀਆ ਨੂੰ ਗੁਰਦਾਸਪੁਰ ਤੋਂ ਆਪਣਾ ਉਮੀਦਵਾਰ ਬਣਾਇਆ ਜਾ ਰਿਹਾ ਹੈ, ਜਿਸ 'ਤੇ ਅੱਜ ਆਪ ਨੇ ਮੋਹਰ ਵੀ ਲਗਾ ਦਿੱਤੀ ਹੈ। ਆਪ ਦੀ ਟਿਕਟ ਲਈ ਰਿਟਾਇਰਡ ਮੇਜਰ ਜਨਰਲ ਸੁਰੇਸ਼ ਖਜੂਰੀਆ ਅਤੇ ਸੂਬਾ ਜਨਰਲ ਸਕੱਤਰ ਲਖਬੀਰ ਸਿੰਘ ਸੈਣੀ ਦੌੜ ਵਿੱਚ ਸਨ, ਪਰ ਖਜੂਰੀਆ ਬਾਜ਼ੀ ਮਾਰ ਗਏ। ਪਾਰਟੀ ਨੇ ਗੁਰਦਾਸਪੁਰ ਵਿੱਚ ਸਾਬਕਾ ਫੌਜੀਆਂ ਦੀ ਵੱਡੀ ਗਿਣਤੀ ਨੂੰ ਮੁੱਖ ਰੱਖਦਿਆਂ ਖਜੂਰੀਆ ਦੇ ਨਾਂ ਨੂੰ ਤਰਜੀਹ ਦਿੱਤੀ ਹੈ। ਦਰਅਸਲ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਉਮੀਦਵਾਰ ਉਤਾਰ ਕੇ ਬਾਜ਼ੀ ਮਾਰੀ ਹੈ। ਉਹ 21 ਸਤੰਬਰ ਨੂੰ ਆਪਣੇ ਕਾਗਜ਼ ਦਾਖਲ ਕਰਨਗੇ। ਅੱਜ ਜਲੰਧਰ 'ਚ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਖਜੂਰੀਆ ਦੇ ਨਾਮ ਦਾ ਐਲਾਨ ਕੀਤਾ ਹੈ। ਇਸ ਮੌਕੇ ਉਹਨਾਂ ਦੇ ਨਾਲ ਸੁਖਪਾਲ ਸਿੰਘ ਖਹਿਰਾ ਅਤੇ ਗੁਰਦਾਸਪੁਰ ਤੋਂ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਵੀ ਮੌਜੂਦ ਸਨ। ਖਜੂਰੀਆ ਨੇ ਕਿਹਾ ਕਿ ਉਹ ਫੌਜ ਦੀ ਸੇਵਾ ਕਰਕੇ ਆਏ ਹਨ, ਅਜੇ ਉਹਨਾਂ ਵਿੱਚ ਬਹੁਤ ਐਨਰਜੀ ਹੈ, ਉਹ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਗੁਰਦਾਸਪੁਰ ਦੀ ਜ਼ਿਮਨੀ ਚੋਣ ਵਿੱਚ ਮੇਜਰ ਜਨਰਲ ਰਿਟਾਇਰਡ ਸੁਰੇਸ਼ ਖਜੂਰੀਆ ਜੀ, ਜੋ ਕਿ ਪਠਾਨਕੋਟ ਦੇ ਰਹਿਣ ਵਾਲੇ ਨੇ, ਸਾਡੇ ਉਮੀਦਵਾਰ ਹੋਣਗੇ ਆਮ ਆਦਮੀ ਪਾਰਟੀ ਦੇ। ਔਰ ਉਹ ਇੱਕ ਬੜੇ ਡਿਸਟਿੰਗੁਇਸ਼ਡ ਕਰੀਅਰ ਵਾਲੇ ਆਰਮੀ ਆਫਿਸਰ ਨੇ, ਔਰ ਉਹ ਸਾਡੀ ਪਾਰਟੀ ਦੇ ਪੁਰਾਣੇ ਵਾਲੰਟੀਅਰ, ਔਨਲਾਈਨ ਰਜਿਸਟਰ ਹੋ ਗਏ ਸੀ ਰਿਟਾਇਰਮੈਂਟ ਤੋਂ ਬਾਅਦ। ਇਸ ਲਈ ਇੱਕ ਸਧਾਰਨ ਘਰ 'ਚ ਉੱਠ ਕੇ ਆਮ ਸਤਿਕਾਰਯੋਗ, ਇੱਕ ਪੜ੍ਹਿਆ ਲਿਖਿਆ ਸਾਫ਼ ਸੁਥਰੇ ਅਕਸ ਵਾਲਾ ਆਦਮੀ ਆਮ ਆਦਮੀ ਪਾਰਟੀ ਉਤਾਰ ਰਹੀ ਆ। ਦੂਜੇ ਪਾਸੇ ਪੈਰਾਸ਼ੂਟ ਉਮੀਦਵਾਰ ਆ ਰਹੇ ਨੇ ਸਾਰੇ, ਕੋਈ ਅਬੋਹਰ ਤੋਂ ਆ ਰਿਹਾ, ਕੋਈ ਮੁੰਬਈ ਤੋਂ ਆ ਰਿਹਾ ਵਾ, ਔਰ ਇੱਕ ਕੋਝਾ ਮਜ਼ਾਕ ਹਲਕੇ ਵਾਲਾ ਨਾਲ ਹੋ ਰਿਹਾ। ਅੱਜ ਗੁਰਦਾਸਪੁਰ ਕਾਂਸਟੀਚੁਐਂਸੀ ਦਾ ਜਿਹੜਾ ਹਾਲ ਹੈ ਸਾਰਿਆਂ ਨੂੰ ਪਤਾ। ਗੁਰਦਾਸਪੁਰ ਕਾਂਸਟੀਚੁਐਂਸੀ ਇੱਕ ਉਹ ਕਾਂਸਟੀਚੁਐਂਸੀ ਬਣ ਚੁੱਕੀ ਹੈ ਜਿੱਥੇ ਕਿ ਆਪਣੀ ਫੈਮਿਲੀ ਅਤੇ ਫਰੈਂਡਸ ਨੂੰ ਪਾਰਕ ਕੀਤਾ ਜਾਂਦਾ, ਲਿਆਇਆ ਜਾਂਦਾ, ਜਾਂ ਜਿਹੜੇ ਥੱਕੇ ਹਾਰੇ ਪੋਲੀਟੀਸ਼ੀਅਨ ਹੈ ਉਹਨਾਂ ਨੂੰ ਉੱਥੇ ਲਿਆ ਕੇ ਬਿਠਾ ਦਿੱਤਾ ਜਾਂਦਾ। ਇਹ ਪਹਿਲੀ ਏਰਾ ਹੈ ਕਈ ਸਾਲਾਂ ਤੋਂ ਬਾਅਦ ਕਿ ਇੱਕ ਲੋਕਲ ਕੈਂਡੀਡੇਟ ਨੂੰ ਮੌਕਾ ਦਿੱਤਾ ਜਾ ਰਿਹਾ, ਉਹ ਵੀ ਉਹ ਕੈਂਡੀਡੇਟ ਜਿਹੜਾ ਇੱਕ ਬਹੁਤ ਹੀ ਛੋਟੇ ਪਿੰਡ ਨੂੰ ਬਿਲੋਂਗ ਕਰਦਾ, ਬੜੇ ਇੱਕ ਛੋਟੀ ਹਾਲਾਤ 'ਚੋਂ ਸ਼ੁਰੂ ਹੋ ਕੇ ਇੱਥੇ ਤੱਕ ਪਹੁੰਚਿਆ। ਔਰ ਇਹ ਬੜਪਣ ਹੈ ਪਾਰਟੀ ਦਾ ਕਿ ਜਿਹਨਾਂ ਨੇ ਉਸ ਬੰਦੇ ਨੂੰ ਤੁਹਾਡੇ ਸਾਹਮਣੇ ਅੱਜ ਪੇਸ਼ ਕੀਤਾ। ਪਠਾਨਕੋਟ ਦੇ ਭੁੰਗਲ ਪਿੰਡ ਦੇ ਰਹਿਣ ਵਾਲੇ ਸੁਰੇਸ਼ ਖਜੂਰੀਆ 2011 ਵਿੱਚ ਰਿਟਾਇਰ ਹੋਏ ਨੇ ਅਤੇ 2012 ਵਿੱਚ ਆਮ ਆਦਮੀ ਪਾਰਟੀ ਨਾਲ ਜੁੜੇ ਸਨ। ਬਿਊਰੋ ਰਿਪੋਰਟ, ਪੰਜਾਬ ਟੂਡੇ।